ਸੰਗਰੂਰ ਨੇੜਲੇ ਨੈਸ਼ਨਲ ਹਾਈਵੇ ਤੇ ਬਣੇ ਪੁਲ ਤੋਂ ਝੋਨੇ ਨਾਲ ਭਰੀਆਂ ਟਰਾਲੀਆਂ ਡਿੱਗਣ ਨਾਲ ਵਾਪਰੇ ਭਿਆਨਕ ਹਾਦਸੇ 'ਚ ਝੋਨੇ ਤੇ ਬੈਠੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਟਰੈਕਟਰ ਚਾਲਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਸੰਗਰੂਰ ਤੋਂ ਟੋਨੀ ਸ਼ਰਮਾ। ਟਰੈਕਟਰ ਸੀ, ਇਹਦੇ ਪਿੱਛੇ ਦੋ ਟਰਾਲੀਆਂ ਸੀ ਤੇ ਜੀਰੀ ਵਾਲੀਆਂ ਸੀ, ਉਧਰੋਂ ਹੰਡਿਆਈ ਵਾਲੇ ਪਾਸੋਂ ਆ ਰਹੇ ਸੀ, ਇੱਧਰ ਜਾ ਰਹੇ ਸੀ ਪਟਿਆਲੇ ਜਾਂ ਚੀਕੇ ਵਗੈਰਾ ਕਿਸੇ ਪਾਸੇ। ਕਿੰਨੇ ਬੰਦੇ ਸੀ ਇਹਦੇ 'ਚ? ਇਹਦੇ 3 ਬੰਦੇ ਸੀ ਸਰ। ਅੱਛਾ ਜੀ। ਤੇ 3 ਭੇਜਦੇ ਹਸਪੀਟਲ ਸਰ। ਰਿਪੋਰਟ ਚੈਨਲ 2।